ਜਾਗਦੇ ਹੋ? ਮੇਰੇ ਕੋਲ ਲੱਗਦੇ ਤੁਹਾਡੀ ਹੁਣ ਬਸ ਠੀਕ ਆਈ ਹੈ। ਅੱਛਾ, ਪਹਿਲਾ ਕਸੀਦਾ ਮੈਂ ਪੜ੍ਹੇ ਬੀਬੀ ਫਾਤਿਮਾ ਬਿੰਤੇ ਅਸਦ, ਠੀਕ ਹੈ ਨਾ ਜੀ। ਦੂਜਾ ਕਸੀਦਾ ਮੈਂ ਪੜ੍ਹੇ ਮੌਲਾ ਅਲੀ ਦਾ, ਇੰਨੀ ਗੱਲ ਹੈ। ਤੀਜਾ ਕਸੀਦਾ ਮੈਂ ਪੜ੍ਹੇ ਇਮਾਮ ਜ਼ਮਾਨਾ ਦਾ। ਚੌਥਾ ਕਸੀਦਾ ਪੜ੍ਹਦਾ ਦਿਲ ਲਈ ਕਸੀਦਾ ਬੀਬੀ ਖਦੀਜਾ ਦਾ, ਉਹ ਪੜ੍ਹਾ ਜਿਹੜਾ ਉਹ ਜ਼ਾਕਿਰ ਪੜ ਗਿਆ। ਚਲੋ ਉਹ ਨਹੀਂ, ਮੈਂ ਬੀਆ ਖਦੀ ਬੀਬੀ ਸੈਣ ਦਾ ਬੀਆ ਕਸੀਦਾ ਪੜ੍ਹਦਾ। ਜ਼ਮੀਨ ਤੇ ਅਰਬੋ ਤਰਕੜੇ ਥੀ ਵਾਏ, ਇਹ ਮੇਰੀ ਤਬਲੀਗ ਹੈ ਭਾਈ, ਮੈਂ ਕਰਨਾ ਚਾਹੁੰਦਾ। ਮੈਂ ਤਬਲੀਗ, ਮੇਰੀ ਕਸੀਦਾ ਮੈਸੇਜ ਹੈ ਸਰ ਜੀ, ਮੇਰਾ ਕਸੀਦਾ ਮੈਸੇਜ ਹੈ। ਜ਼ਮੀਨ ਤੇ ਅਰਬੋ ਅਜਮ ਦੇ ਮੈਕਾ ਨਬੀ ਦਾ ਪਹਿਲਾ ਹਰਮ ਖਦੀਜਾ। ਹੈਦਰੀ ਜ਼ਮੀਨ ਤੇ ਅਰਬੋ ਅਜਮ ਦੇ ਮੈਕਾ ਨਬੀ ਦਾ ਪਹਿਲਾ ਹਰਮ ਖਦੀਜਾ। ਜ਼ਮੀਨ ਤੇ ਅਰਬੋ ਅਜਮ ਦੇ ਮੈਕਾ ਨਬੀ ਦਾ ਪਹਿਲਾ ਹਰਮ ਖਦੀਜਾ। ਜ਼ਮੀਨ ਤੇ ਅਰਬੋ ਅਜਮ ਦੇ ਮੈਕਾ ਨਬੀ ਦਾ ਪਹਿਲਾ ਹਰਮ ਖਦੀਜਾ। ਜ਼ਮੀਨ ਤੇ ਅਰਬੋ ਅਜਮ ਦੇ ਮੈਕਾ ਨਬੀ ਦਾ ਪਹਿਲਾ ਮੈਂ ਹੈਦਰੀ। ਦੇਖੋ ਮੈਂ ਇਵੇਂ ਇਕੱਲਾ ਪੜ੍ਹਦਾ ਰਹਾਂ, ਅੱਛਾ ਨਹੀਂ ਲੱਗਦਾ। ਮਜਲਿਸ ਛੋੜਦੇ ਸਾਂ, ਅਗਰ ਤੁਸੀਂ ਦਿਲ ਨਾਲ ਨਾ ਸੁਣਿਆ, ਮੈਂ ਕੋਈ ਆਮ ਸਤਰ ਨਹੀਂ ਆਖੀ, ਮੈਂ ਆਖਿਆ ਜ਼ਮੀਨ ਤੇ ਅਰਬੋ ਅਜਮ ਦੀ ਮਲਕਾ ਨਬੀ ਦਾ ਪਹਿਲਾ ਹਰਮ ਖਦੀਜਾ। ਔਰ ਤੁਸੀਂ ਮੇਰੀ ਸਤਰ ਦੇ ਸਿਰ ਹਲਾਓ, ਮੈਂ ਕੋਈ ਤਕਲੀਫ ਔਰ ਮੈਂ ਕੋਈ ਬੜਾ ਨੁਕਸਾਨ ਥੀ ਸੀ। ਪਲ ਪਿਆ ਪੜਦਾ ਓ ਜ਼ਮੀਨ ਤੇ ਅਰਬੋ ਅਜਮ ਦੇ ਮੈਕਾ ਨਬੀ ਦਾ ਪਹਿਲਾ ਹਰਮ ਖਦੀਜਾ। ਜ਼ਮੀਨ ਤੇ ਅਰਬੋ ਅਜਮ ਦੇ ਮੈਕਾ ਨਬੀ ਦਾ ਪਹਿਲਾ ਹਰਮ ਖਦੀਜਾ। ਜ਼ਮੀਨ ਤੇ ਅਰਬੋ ਅਜਮ ਦੇ ਮੈਕਾ ਨਬੀ ਦਾ ਪਹਿਲਾ ਹਰਮ ਖਦੀਜਾ। ਤੇ ਜਿਤਨੇ ਵੀ ਆਖਦੇ ਨੇ ਨਬੀ ਦੇ, ਤੇ ਜਿਤਨੇ ਵੀ ਸਭ ਕੋਲ ਮੋਹਤਰਮ ਖਦੀਜਾ। ਹਰਮਦਾ ਬੋਲੇ ਹਾਏ ਦਰੀ ਪੁੱਛੋ ਮੇਰੇ ਕੋਲ। ਚਾਚਾ ਜੀ ਤੁਸੀਂ ਪੁੱਛੋ, ਸਰ ਆਪ ਪੁੱਛੇ, ਸਰ ਜੀ ਆਪ ਪੁੱਛੇ, ਵਸੀਮ ਅਬਾਸ ਆਪ ਪੁੱਛੇ, ਤੁਸੀਂ ਪੁੱਛੋ ਬਈ ਯਾਰ ਕਿ ਵਸੀਮ ਅਬਾਸ ਇਹ ਦੱਸਾ, ਤੂੰ ਆਖੇ ਤੇ ਜਿਤਨੇ ਵੀ ਆਖਦੇ ਹਨ ਨਬੀ ਦੇ, ਇਹ ਸਭ ਕੋਲੋਂ ਮੁਹਤਰਮ ਖਦੀਜਾ। ਵਜ੍ਹਾ ਇਤਨੀ ਮੁਹਤਰਮ ਕਿਉਂ ਹੈ ਸਰ ਜੀ? ਨਿਆਜ ਹੁਸੈਨ ਇਤਨੀ ਮੁਹਤਰਮ ਕਿਉਂ ਹੈ? ਮੈਂ ਦੱਸੇ ਨਾ ਸਰ ਜੀ, ਸਿਰ ਚਵਾਏ ਅੱਲਾ ਦਾ ਨਾਮ, ਇੱਕ ਮਿੰਟ ਮੇਰਾ ਸਿਰ ਚਵਾਏ ਵਾਲ, ਤੁਹਾਡੀ ਮਰਜ਼ੀ। ਰਿਜ਼ਵਾਨ ਮੋਹਤਰਮ ਕਿਉਂ ਹੈ? ਮੈਂ ਦੱਸੇ ਨਾ ਉਹਦੀ ਵਜ੍ਹਾ ਕਿਆ ਹੈ? ਨਬੀ ਦੇ ਹਰਮ 11 ਜਾਂ 13 ਜਾਂ 9, ਇਹ ਮੋਹਤਰਮ ਕਿਉਂ ਹੈ? ਮੈਂ ਦੱਸੇ ਨਾ ਇਹ ਆਪਣੀ ਦੌਲਤ ਦੇ ਨਾਲ ਸਲਾਮ ਦੇ ਗਰੀਬ ਮੁਕੇਂਦੀ ਰਹੀ ਹੈ। ਨਹੀਂ ਮਿਲੀ ਮੇਰੇ ਗੁਦਾਦ, ਹੈਦਰੀ ਕੋਈ ਨਹੀਂ ਮਿਲੀ ਮੇਰੇ ਗੁਦਾਦ, ਮੇਰੇ ਮਤਲਬ ਦੀ ਮੇਰੀ 70 103 ਲਿਓ, ਤੁਸੀਂ ਪਚਾ ਲਿਓ, ਪਚਾ ਕੇ ਹੈਦਰੀ ਇਹ ਆਪਣੀ ਦੌਲਤ ਦੇ ਨਾਲ ਇਸਲਾਮ ਦੀ ਗਰੀਬੀ ਮੁਕੇਂਦੀ ਰਹੀ ਹੈ। ਚਾਚਾ ਜੀ ਪਚਾ ਗਏ ਹੋ, ਮਿਹਰਬਾਨੀ ਤੁਹਾਡੀ, ਇਹ ਆਪਣੀ ਦੌਲਤ ਦੇ ਨਾਲ ਇਸਲਾਮ ਦੀ ਗਰੀਬੀ ਮੁਕੇਂਦੀ ਰਹੀਏ। ਅਗਲੀ ਸਤਰ ਕੋਈ ਪਚਾ ਕੇ ਘਰ ਲਗਾ ਵਣੇ, ਮੈਂ ਇਥੋਂ ਕਿਤਾਬਾਂ ਚਾ ਕੇ ਘਰ ਲਗਾ ਵੈਸਾ, ਇਹ ਆਪਣੀ ਦੌਲਤ ਦੇ ਨਾਲ ਸਲਾਮ ਦੇ ਗਰੀਬ ਮੁਕੇਂਦੀ ਰਹੀਏ। ਆਪਣੀ ਦੌਲਤ ਦੇ ਨਾਲ ਸਲਾਮ ਦੇ ਗਰੀਬ ਮੁਕੇਂਦੀ ਰਹੀਏ। ਜ਼ਮਾਨ ਸਾਰੇ ਕੁਦੀਨ ਪਾਲੇ, ਦੀਨ ਘਰ ਵਿੱਚ ਪਲੇ ਦੀ ਰਹੀਏ।
حضرت بلند حیدری زندگی ہو آپ کچھ جیے زندگی ہوئے زمان سارے دن پالے دین گھر وچ پلے دی رہی ہے زمان سارے دن پالے دین گھر وچ پلے دی رہی ہے بکا دکھاتر بکا دکھاتر بکا دکھاتر بکا دی قدم قدم نبی دی رہی ہم قدم خدیجہ